ਪਿਸਟਲ ਦਿਖਾ ਕੇ ਲੁੱਟ ਕਰਨ ਆਏ ਲੁਟੇਰਿਆਂ ਨੂੰ ਬੇਰੰਗ ਹੋ ਕੇ ਵਾਪਸ ਮੁੜਨਾ ਪਿਆ ਹੈ। ਦਰਅਸਲ ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਦੋ ਲੁਟੇਰੇ ਸਕੂਟੀ ਦੇ ਉੱਤੇ ਸਵਾਰ ਹੋ ਕੇ ਆਉਂਦੇ ਨੇ ਅਤੇ ਗਲੀ ਦੇ ਵਿੱਚ ਇੱਕ ਕਾਰ ਦੇ ਕੋਲ ਖੜ੍ਹੇ ਸ਼ਖਸ ਦੇ ਉੱਤੇ ਪਹਿਲਾਂ ਪਿਸਤੌਲ ਤਾਣ ਦਿੰਦੇ ਨੇ ਅਤੇ ਉਸਦੇ ਕੋਲੋਂ ਉਸਦੇ ਗਲ ਦੇ ਵਿੱਚ ਪਾਈ ਚੈਨ ਨੂੰ ਖੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਜਦੋਂ ਉਸਦੇ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਜਾਂਦਾ ਹੈ ਤਾਂ ਜੋ ਲੁਟੇਰੇ ਨੇ ਉਹ ਇੱਕ ਹੋਰ ਗਲੀ ਦੇ ਵਿੱਚ ਆ ਰਹੇ ਨੌਜਵਾਨ ਦੇ ਉੱਤੇ ਪਿਸਤੌਲ ਤਾਣ ਦਿੰਦੇ ਨੇ ਅਤੇ ਉਸਦੇ ਕੋਲੋਂ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਕਿਹਾ ਜਾ ਰਿਹਾ ਕਿ ਜਦੋਂ ਦੋਵਾਂ ਨੇ ਲੁਟੇਰਿਆਂ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਤਾਂ ਉਹਨਾਂ ਦਾ ਪਿਸਟਲ ਜੋ ਹੈ ਉਹ ਜ਼ਮੀਨ 'ਤੇ ਡਿੱਗ ਪੈਂਦਾ ਅਤੇ ਲੁਟੇਰੇ ਦੋਵੇਂ ਸਕੂਟੀ ਚੱਕ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਹਾਲਾਂਕਿ ਜਦੋਂ ਪਿਸਟਲ ਦੀ ਜਾਂਚ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਇਹ ਏਅਰ ਪਿਸਟਲ ਹੈ। ਤਾਂ ਦੱਸ ਦਈਏ ਕਿ ਏਅਰ ਪਿਸਟਲ ਦੇ ਦਮ ਦੇ ਉੱਤੇ ਲੁੱਟ ਕਰਨ ਆਏ ਲੁਟੇਰਿਆਂ ਨੂੰ ਬੇਰੰਗ ਹੋ ਕੇ ਵਾਪਸ ਮੁੜਨਾ ਪਿਆ। ਏਅਰ ਪਿਸਟਲ ਦਿਖਾ ਕੇ ਲੁੱਟ ਕਰਨ ਆਏ ਲੁਟੇਰਿਆਂ ਨੂੰ ਬੇਰੰਗ ਹੋ ਕੇ ਵਾਪਸ ਮੁੜਨਾ ਪਿਆ। ਦਰਅਸਲ ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਦੋ ਲੁਟੇਰੇ ਸਕੂਟੀ ਦੇ ਉੱਤੇ ਸਵਾਰ ਹੋ ਕੇ ਆਉਂਦੇ ਨੇ ਅਤੇ ਗਲੀ ਦੇ ਵਿੱਚ ਇੱਕ ਕਾਰ ਦੇ ਕੋਲ ਖੜ੍ਹੇ ਸ਼ਖਸ ਦੇ ਉੱਤੇ ਪਹਿਲਾਂ ਪਿਸਤੌਲ ਤਾਣ ਦਿੰਦੇ ਨੇ ਅਤੇ ਉਸਦੇ ਕੋਲੋਂ ਉਸਦੇ ਗਲ ਦੇ ਵਿੱਚ ਪਾਈ ਚੈਨ ਨੂੰ ਖੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਜਦੋਂ ਉਸਦੇ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਜਾਂਦਾ ਹੈ ਤਾਂ ਜੋ ਲੁਟੇਰੇ ਨੇ ਉਹ ਇੱਕ ਹੋਰ ਗਲੀ ਦੇ ਵਿੱਚ ਆ ਰਹੇ ਨੌਜਵਾਨ ਦੇ ਉੱਤੇ ਪਿਸਤੌਲ ਤਾਣ ਦਿੰਦੇ ਨੇ ਅਤੇ ਉਸਦੇ ਕੋਲੋਂ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਕਿਹਾ ਜਾ ਰਿਹਾ ਕਿ ਜਦੋਂ ਦੋਵਾਂ ਨੇ ਲੁਟੇਰਿਆਂ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਤਾਂ ਉਹਨਾਂ ਦਾ ਪਿਸਟਲ ਜੋ ਹੈ ਉਹ ਜ਼ਮੀਨ 'ਤੇ ਡਿੱਗ ਪੈਂਦਾ ਅਤੇ ਲੁਟੇਰੇ ਦੋਵੇਂ ਸਕੂਟੀ ਚੱਕ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਹਾਲਾਂਕਿ ਜਦੋਂ ਪਿਸਟਲ ਦੀ ਜਾਂਚ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਇਹ ਏਅਰ ਪਿਸਟਲ ਹੈ। ਤਾਂ ਦੱਸ ਦਈਏ ਕਿ ਏਅਰ ਪਿਸਟਲ ਦੇ ਦਮ ਦੇ ਉੱਤੇ ਲੁੱਟ ਕਰਨ ਆਏ ਲੁਟੇਰਿਆਂ ਨੂੰ ਬੇਰੰਗ ਹੋ ਕੇ ਵਾਪਸ ਮੁੜਨਾ ਪਿਆ। ਏਅਰ ਪਿਸਟਲ ਦਿਖਾ ਕੇ ਲੁੱਟ ਕਰਨ ਆਏ ਲੁਟੇਰਿਆਂ ਨੂੰ ਬੇਰੰਗ ਹੋ ਕੇ ਵਾਪਸ ਮੁੜਨਾ ਪਿਆ। ਦਰਅਸਲ ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਦੋ ਲੁਟੇਰੇ ਸਕੂਟੀ ਦੇ ਉੱਤੇ ਸਵਾਰ ਹੋ ਕੇ ਆਉਂਦੇ ਨੇ ਅਤੇ ਗਲੀ ਦੇ ਵਿੱਚ ਇੱਕ ਕਾਰ ਦੇ ਕੋਲ ਖੜ੍ਹੇ ਸ਼ਖਸ ਦੇ ਉੱਤੇ ਪਹਿਲਾਂ ਪਿਸਤੌਲ ਤਾਣ ਦਿੰਦੇ ਨੇ ਅਤੇ ਉਸਦੇ ਕੋਲੋਂ ਉਸਦੇ ਗਲ ਦੇ ਵਿੱਚ ਪਾਈ ਚੈਨ ਨੂੰ ਖੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਜਦੋਂ ਉਸਦੇ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਜਾਂਦਾ ਹੈ ਤਾਂ ਜੋ ਲੁਟੇਰੇ ਨੇ ਉਹ ਇੱਕ ਹੋਰ ਗਲੀ ਦੇ ਵਿੱਚ ਆ ਰਹੇ ਨੌਜਵਾਨ ਦੇ ਉੱਤੇ ਪਿਸਤੌਲ ਤਾਣ ਦਿੰਦੇ ਨੇ ਅਤੇ ਉਸਦੇ ਕੋਲੋਂ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਕਿਹਾ ਜਾ ਰਿਹਾ ਕਿ ਜਦੋਂ ਦੋਵਾਂ ਨੇ ਲੁਟੇਰਿਆਂ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਤਾਂ ਉਹਨਾਂ ਦਾ ਪਿਸਟਲ ਜੋ ਹੈ ਉਹ ਜ਼ਮੀਨ 'ਤੇ ਡਿੱਗ ਪੈਂਦਾ ਅਤੇ ਲੁਟੇਰੇ ਦੋਵੇਂ ਸਕੂਟੀ ਚੱਕ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਹਾਲਾਂਕਿ ਜਦੋਂ ਪਿਸਟਲ ਦੀ ਜਾਂਚ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਇਹ ਏਅਰ ਪਿਸਟਲ ਹੈ। ਤਾਂ ਦੱਸ ਦਈਏ ਕਿ ਏਅਰ ਪਿਸਟਲ ਦੇ ਦਮ ਦੇ ਉੱਤੇ ਲੁੱਟ ਕਰਨ ਆਏ ਲੁਟੇਰਿਆਂ ਨੂੰ ਬੇਰੰਗ ਹੋ ਕੇ ਵਾਪਸ ਮੁੜਨਾ ਪਿਆ। ਏਅਰ ਪਿਸਟਲ ਦਿਖਾ ਕੇ ਲੁੱਟ ਕਰਨ ਆਏ ਲੁਟੇਰਿਆਂ ਨੂੰ ਬੇਰੰਗ ਹੋ ਕੇ ਵਾਪਸ ਮੁੜਨਾ ਪਿਆ। ਦਰਅਸਲ ਜਾਣਕਾਰੀ ਮੁਤਾਬਿਕ ਕਿਹਾ ਜਾ ਰਿਹਾ ਹੈ ਕਿ ਦੋ ਲੁਟੇਰੇ ਸਕੂਟੀ ਦੇ ਉੱਤੇ ਸਵਾਰ ਹੋ ਕੇ ਆਉਂਦੇ ਨੇ ਅਤੇ ਗਲੀ ਦੇ ਵਿੱਚ ਇੱਕ ਕਾਰ ਦੇ ਕੋਲ ਖੜ੍ਹੇ ਸ਼ਖਸ ਦੇ ਉੱਤੇ ਪਹਿਲਾਂ ਪਿਸਤੌਲ ਤਾਣ ਦਿੰਦੇ ਨੇ ਅਤੇ ਉਸਦੇ ਕੋਲੋਂ ਉਸਦੇ ਗਲ ਦੇ ਵਿੱਚ ਪਾਈ ਚੈਨ ਨੂੰ ਖੋਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਜਦੋਂ ਉਸਦੇ ਵੱਲੋਂ ਇਸ ਗੱਲ ਦਾ ਵਿਰੋਧ ਕੀਤਾ ਜਾਂਦਾ ਹੈ ਤਾਂ ਜੋ ਲੁਟੇਰੇ ਨੇ ਉਹ ਇੱਕ ਹੋਰ ਗਲੀ ਦੇ ਵਿੱਚ ਆ ਰਹੇ ਨੌਜਵਾਨ ਦੇ ਉੱਤੇ ਪਿਸਤੌਲ ਤਾਣ ਦਿੰਦੇ ਨੇ ਅਤੇ ਉਸਦੇ ਕੋਲੋਂ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਕਿਹਾ ਜਾ ਰਿਹਾ ਕਿ ਜਦੋਂ ਦੋਵਾਂ ਨੇ ਲੁਟੇਰਿਆਂ ਦਾ ਵਿਰੋਧ ਕਰਨਾ ਸ਼ੁਰੂ ਕੀਤਾ ਤਾਂ ਉਹਨਾਂ ਦਾ ਪਿਸਟਲ ਜੋ ਹੈ ਉਹ ਜ਼ਮੀਨ 'ਤੇ ਡਿੱਗ ਪੈਂਦਾ ਅਤੇ ਲੁਟੇਰੇ ਦੋਵੇਂ ਸਕੂਟੀ ਚੱਕ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਹਾਲਾਂਕਿ ਜਦੋਂ ਪਿਸਟਲ ਦੀ ਜਾਂਚ ਕੀਤੀ ਜਾਂਦੀ ਹੈ ਤਾਂ ਪਤਾ ਲੱਗਦਾ ਹੈ ਕਿ ਇਹ ਏਅਰ ਪਿਸਟਲ ਹੈ। ਤਾਂ ਦੱਸ ਦਈਏ ਕਿ ਏਅਰ ਪਿਸਟਲ ਦੇ ਦਮ ਦੇ ਉੱਤੇ ਲੁੱਟ ਕਰਨ ਆਏ ਲੁਟੇਰਿਆਂ ਨੂੰ ਬੇਰੰਗ ਹੋ ਕੇ ਵਾਪਸ ਮੁੜਨਾ ਪਿਆ।